ਅਸੀਂ ਬਾਬੇ ਨਾਨਕ ਨੂੰ ਧਰਮ ਵਿਗਿਆਨੀ ਦੇ ਤੌਰ ਤੇ ਲਿਆ ਕਿਉਂਕਿ ਉਹਨਾਂ ਨੇ ਧਰਮ ਵਿੱਚੋਂ ਮਿਥਿਹਾਸ ਕਰਾਮਾਤ ਤੇ ਅਣਡਿੱਠੇ ਸੰਸਾਰ ਬਾਰੇ ਪੁਜਾਰੀ ਸ਼੍ਰੇਣੀ ਦੇ ਆਧਾਰ ਰਹਿਤ ਦਾਅਵਿਆਂ ਨੂੰ ਰੱਦ ਕਰਕੇ ਧਰਮ ਚੋਂ ਕੱਢ ਦਿੱਤਾ ਤੇ ਤਰਕ ਵਿਗਿਆਨ ਨੂੰ ਹੀ ਧਰਮ ਦਾ ਅੰਗ ਬਣਾ ਦਿੱਤਾ। ਅਜਿਹਾ ਕਰਨ ਦੀ ਜ਼ਰੂਰਤ ਦੁਨੀਆ ਦੇ ਪਹਿਲੇ ਧਰਮ ਵਿਗਿਆਨੀ ਬਾਬਾ ਨਾਨਕ ਤੋਂ ਬਿਨਾਂ ਕੋਈ ਹੋਰ ਨਹੀਂ ਸੀ ਕਰ ਸਕਦਾ। ਵੇਖੋ ਮਿਸਾਲਾਂ ਪ੍ਰਤੱਖ ਹਨ। ਨੰਬਰ 1, ਜਦੋਂ ਪਿਤਾ ਨੇ ਵੀ ਤੇ ਕੁੱਲ ਪੁਰੋਹਿਤ ਨੇ ਵੀ ਜਨੇਊ ਪਾਉਣ ਲਈ ਆਖਿਆ ਤਾਂ ਬਾਬੇ ਨਾਨਕ ਨੇ ਕੇਵਲ ਉਹ ਜਨੇਊ ਧਾਰਨ ਕਰ ਲੈਣ ਦੀ ਰਜ਼ਾਮੰਦੀ ਦੇ ਦਿੱਤੀ ਜਿਹੜਾ ਤਰਕ ਦੀ ਕਸੌਟੀ ਉੱਤੇ ਪੂਰਾ ਉਤਰਦਾ ਹੋਵੇ। ਪਰ ਐਵੇਂ ਪੁਜਾਰੀ ਦੇ ਕਹਿਣ 'ਤੇ ਪੁਰਾਤਨ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ। ਨੰਬਰ 2, ਹਰਿਦੁਆਰ ਵਿੱਚ ਖੇਤਾਂ ਨੂੰ ਪਾਣੀ ਦੇ ਕੇ ਮੱਕੇ ਵਿੱਚ ਖੁਦਾ ਦੇ ਘਰ ਵੱਲ ਲੱਤਾਂ ਪਸਾਰ ਕੇ ਤੇ ਜਗਨਨਾਥ ਪੁਰੀ ਵਿੱਚ ਆਰਤੀ ਦੇ ਅਸਲ ਅਰਥ ਸਮਝਾ ਕੇ ਬਾਬੇ ਨਾਨਕ ਨੇ ਤਰਕ ਵਿਵੇਕ ਅਤੇ ਦਲੀਲ ਨੂੰ ਧਰਮ ਦਾ ਅਨਿੱਖੜ ਅੰਗ ਬਣਾ ਦਿੱਤਾ। ਬਾਬੇ ਨਾਨਕ ਤੋਂ ਪਹਿਲਾਂ ਇੰਨੇ ਵੱਡੇ ਪੱਧਰ 'ਤੇ ਕਿਸੇ ਹੋਰ ਨੇ ਕਦੇ ਵੀ ਤਰਕ ਅਤੇ ਦਲੀਲ ਨੂੰ ਧਰਮ ਦਾ ਅੰਗ ਨਹੀਂ ਸੀ ਬਣਨ ਦਿੱਤਾ। ਬੁੱਧ ਧਰਮ ਭਾਵੇਂ ਵਿਵੇਕ ਅਤੇ ਤਰਕ ਨੂੰ ਮਾਨਤਾ ਦਿੰਦਾ ਹੈ ਪਰ ਜਿਉਂ ਹੀ ਬੁੱਧ ਆਪ ਸਾਹਮਣੇ ਆ ਜਾਂਦਾ ਹੈ ਤਰਕ ਕੰਮ ਕਰਨਾ ਬੰਦ ਕਰ ਦਿੰਦਾ ਹੈ। ਨੰਬਰ 3, ਬਗਦਾਦ ਵਿੱਚ ਸ਼ਾਹ ਬਹਿਲੋਲ ਨੂੰ ਸੱਤਵੇਂ ਅਸਮਾਨ ਦੀ ਘੁੰਡੀ ਸਮਝਾਉਂਦਿਆਂ ਜਦੋਂ ਦੱਸਿਆ ਕਿ ਇੱਕ ਪਰਮ ਸੱਚ ਹੈ ਅਤੇ ਸੱਤਾਂ ਆਕਾਸ਼ਾਂ ਵਾਲੀ ਗੱਲ ਦਾ ਆਧਾਰ ਕੋਈ ਨਹੀਂ ਤਾਂ ਅਜਿਹਾ ਕਹਿ ਕੇ ਬਾਬਾ ਨਾਨਕ ਪਹਿਲੀ ਵਾਰ ਵਿਗਿਆਨ ਨੂੰ ਧਰਮ ਦਾ ਅੰਗ ਬਣਾ ਰਹੇ ਸਨ। ਬੇਸ਼ੱਕ ਸਾਇੰਸਦਾਨਾਂ ਨੇ ਹੁਣ ਵਿਗਿਆਨਿਕ ਸੱਚ ਸੰਬੰਧੀ ਬਾਬੇ ਨਾਨਕ ਦੇ ਸਾਰੇ ਦਾਅਵਿਆਂ ਨੂੰ ਸੱਚ ਮੰਨ ਲਿਆ ਹੈ ਪਰ ਪੁਰਾਤਨ ਧਰਮ ਅਜੇ ਵੀ ਇਸ ਸੱਚ ਨੂੰ ਮਾਨਤਾ ਦੇਣ ਲਈ ਆਪਣੇ ਗ੍ਰੰਥਾਂ ਵਿੱਚ ਸੋਧ ਕਰਨ ਨੂੰ ਤਿਆਰ ਨਹੀਂ ਕਿਉਂਕਿ ਉਹਨਾਂ ਧਰਮਾਂ ਵਿੱਚ ਦਾਅਵਿਆਂ ਉੱਤੇ ਜ਼ੋਰ ਸੀ ਅਤੇ ਵਿਗਿਆਨਿਕ ਸੱਚ ਨੂੰ ਧਰਮ ਦਾ ਅੰਗ ਨਹੀਂ ਸੀ ਬਣਾਇਆ ਗਿਆ। ਮਨੁੱਖੀ ਇਤਿਹਾਸ ਵਿੱਚ ਨਾਨਕ ਨੇ ਪਹਿਲੀ ਵਾਰ ਇਹ ਮਾਇਰਕਾ ਮਾਰ ਵਿਖਾਇਆ। ਸੰਤ ਸਿੰਘ ਮਸਕੀਨ ਆਪਣੀ ਇਸ ਕਥਾ ਵਿੱਚ ਦੱਸਦੇ ਹਨ, ਉਹ ਜਦੋਂ ਅਮਰੀਕਾ ਗਏ ਤਾਂ ਅਮਰੀਕੀ ਸਾਇੰਸਦਾਨਾਂ ਨਾਲ ਉਹਨਾਂ ਨੂੰ ਮਿਲਾਇਆ ਗਿਆ ਜਿਨ੍ਹਾਂ ਨੇ ਉਹਨਾਂ ਨੂੰ ਸਾਇੰਸ ਦੇ ਮਿਊਜ਼ੀਅਮ ਵਿੱਚ ਲਿਜਾ ਕੇ ਵਿਖਾਇਆ ਕਿ ਸੰਸਾਰ ਦੀ ਉਤਪਤੀ ਲੱਖਾਂ ਆਕਾਸ਼ਾਂ ਪਤਾਲਾਂ ਦੀ ਗੱਲ ਤੋਂ ਲੈ ਕੇ ਅਣਗਿਣਤ ਸੂਰਜਾਂ ਅਤੇ ਚੰਦਰਮਾਵਾਂ ਬਾਰੇ ਬਾਬੇ ਨਾਨਕ ਦੇ ਦਾਅਵੇ 100% ਦਰੁਸਤ ਸਨ ਅਤੇ ਬਾਬੇ ਨਾਨਕ ਤੋਂ ਪਹਿਲਾਂ ਕਿਸੇ ਵੀ ਰੱਬ ਦੀ ਕਾਇਨਾਤ ਬਾਰੇ ਇੰਨੀ ਬਾਰੀਕ ਬੀਨੀ ਵਾਲਾ ਸੱਚ ਨਹੀਂ ਸੀ ਬੋਲਿਆ। ਇਸ ਤਰ੍ਹਾਂ ਬਾਬੇ ਨਾਨਕ ਨੇ ਵਿਗਿਆਨ ਨੂੰ ਧਰਮ ਦਾ ਪੂਰੀ ਤਰ੍ਹਾਂ ਅੰਗ ਬਣਾ ਦਿੱਤਾ। ਇਸੇ ਤਰ੍ਹਾਂ ਮਿਥਿਹਾਸਕ ਹਸਤੀਆਂ ਅਖਵਾ ਦੇਵੀ ਦੇਵਤਿਆਂ ਅਤੇ ਉਹਨਾਂ ਦੀਆਂ ਸ਼ਕਤੀਆਂ ਨੂੰ ਬਿਲਕੁਲ ਪ੍ਰਵਾਹ ਨਹੀਂ ਕੀਤਾ ਗਿਆ ਕਿਉਂਕਿ ਉਹ ਗੈਰ ਕੁਦਰਤੀ ਅਤੇ ਅਵਿਗਿਆਨਿਕ ਸੋਚ ਵਿੱਚੋਂ ਉਪਜਦੀਆਂ ਹਨ, ਕੁਦਰਤੀ ਵਰਤਾਰੇ ਵਿੱਚੋਂ ਨਹੀਂ। ਜੇ ਅੰਨੀ ਸ਼ਰਧਾ ਦੀ ਕਿਸੇ ਥਾਂ ਲੋੜ ਹੈ ਤਾਂ ਕੇਵਲ ਇੱਕ ਅਕਾਲ ਪੁਰਖ ਦੀ ਹੋਂਦ ਅਤੇ ਹਸਤੀ ਨੂੰ ਸਵੀਕਾਰਨ ਤੱਕ ਹੀ ਸੀਮਿਤ ਰੱਖੀ ਗਈ ਹੈ ਕਿਉਂਕਿ ਇਸ ਤੋਂ ਬਿਨਾਂ ਧਰਮ ਦੀ ਯੂਨੀਵਰਸਿਟੀ ਵਿੱਚ ਦਾਖਲਾ ਹੀ ਨਹੀਂ ਮਿਲ ਸਕਦਾ। ਇਸ ਤੋਂ ਇਲਾਵਾ ਬਾਕੀ ਹਰ ਉਹ ਵਸਤੂ ਹਸਤੀ ਅਤੇ ਕਾਲਪਨਿਕ ਚਰਿੱਤਰ ਗੁਰੂ ਨਾਨਕ ਦੇ ਧਰਮ ਵਿੱਚ ਰੱਦ ਹੋਣ ਯੋਗ ਹੈ ਜਿਸ ਨੂੰ ਵੇਖਿਆ ਕਿਸੇ ਨੇ ਨਹੀਂ। ਭਾਵੇਂ ਪੁਜਾਰੀ ਸ਼੍ਰੇਣੀ ਉਹਨਾਂ ਬਾਰੇ ਆਧਾਰ ਰਹਿਤ ਦਾਅਵੇ ਜ਼ਰੂਰ ਕਰਦੀ ਰਹਿੰਦੀ ਹੈ ਅਤੇ ਕੁਦਰਤ ਦੇ ਨਿਯਮਾਂ ਅਨੁਸਾਰ ਵੀ ਨਹੀਂ ਹੈ। ਉਪਰੋਕਤ ਸਾਰੇ ਦਾ ਤੱਤ ਸਾਰ ਇਹ ਨਿਕਲਦਾ ਹੈ ਕਿ ਬਾਬੇ ਨਾਨਕ ਦੇ ਧਰਮ ਵਿੱਚ ਤਰਕ ਅਤੇ ਵਿਗਿਆਨ ਧਰਮ ਦਾ ਅੰਗ ਹਨ ਅਤੇ ਅਕਾਲ ਪੁਰਖ ਤੋਂ ਬਿਨਾਂ ਜਿਸ ਵੀ ਚੀਜ਼ ਬਾਰੇ ਕੋਈ ਦਾਅਵਾ ਕੀਤਾ ਜਾਂਦਾ ਹੈ ਉਸਦੀ ਤਰਕ ਅਤੇ ਸਾਇੰਸ ਦੀ ਕਸੌਟੀ 'ਤੇ ਪਰਖ ਹੋਣੇ ਲਾਜ਼ਮੀ ਹੈ। ਕੇਵਲ ਮਾਤਰ ਪੁਜਾਰੀ ਸ਼੍ਰੇਣੀ ਦਾ ਦਾਅਵਾ ਹੀ ਕਾਫੀ ਨਹੀਂ ਹੈ, ਇਸ ਦੇ ਨਾਲ ਹੀ ਕਰਾਮਾਤੀ ਅਤੇ ਮਿਥਿਹਾਸਕ ਸਾਖੀਆਂ ਜਾਂ ਦਾਅਵਿਆਂ ਲਈ ਵੀ ਬਾਬੇ ਨਾਨਕ ਦੇ ਧਰਮ ਵਿੱਚ ਕੋਈ ਥਾਂ ਨਹੀਂ। ਜੋ ਕੁਝ ਹੁੰਦਾ ਹੈ ਇੱਥੇ ਹੁਕਮ ਅੰਦਰ ਅਰਥਾਤ ਕੁਦਰਤ ਦੇ ਨਿਯਮਾਂ ਵਿੱਚ ਰਹਿ ਕੇ ਹੁੰਦਾ ਹੈ। ਸਾਇੰਸ ਅਤੇ ਤਰਕ ਨੂੰ ਧਰਮ ਦਾ ਅੰਗ ਬਣਾਉਣ ਦਾ ਮਕਸਦ ਹੀ ਇਹ ਸੀ ਕਿ ਕੁਦਰਤ ਦੇ ਨਿਯਮਾਂ ਦੇ ਉਲਟ ਜਾਣ ਵਾਲੀ ਹਰ ਗੱਲ ਨੂੰ ਧਰਮ 'ਚੋਂ ਕੱਢ ਦਿੱਤਾ ਜਾਏ। ਬਦਕਿਸਮਤੀ ਨਾਲ ਅੱਜ ਵੀ ਸਿੱਖਾਂ ਦਾ ਪੁਜਾਰੀ ਵਰਗ ਅਤੇ ਉਸ ਦੇ ਪ੍ਰਭਾਵ ਹੇਠਲਾ ਵਰਗ ਬਾਬੇ ਨਾਨਕ ਦੇ ਹੁਕਮਾਂ ਦੀ ਅਦੂਲੀ ਕਰਦਾ ਹੋਇਆ ਵੀ ਅਜਿਹੀਆਂ ਕਥਾ ਕਹਾਣੀਆਂ ਨੂੰ ਫੈਲਾ ਰਿਹਾ ਹੈ ਜੋ ਕਰਾਮਾਤਾਂ, ਪਖੰਡ, ਝੂਠੇ ਦਾਅਵਿਆਂ, ਗੈਰ ਕੁਦਰਤੀ ਅਮਲਾਂ ਅਤੇ ਤਰਕ ਸਾਇੰਸ ਦੀ ਕਸੌਟੀ 'ਤੇ ਖਰੀਆਂ ਨਾ ਉਤਰਨ ਵਾਲੀਆਂ ਗੱਲਾਂ ਹਨ। ਇਸ ਵਰਗ ਦਾ ਅਸਰ ਕਬੂਲਣ ਵਾਲੇ ਨੂੰ ਗੁਰਬਾਣੀ ਦੀ ਠੀਕ ਸੋਝੀ ਕਦੇ ਵੀ ਨਾ ਤਾਂ ਆਈ ਹੈ ਅਤੇ ਨਾ ਹੀ ਆ ਸਕੇਗੀ।